ਵਾਹਿਗੁਰੂ। ਪਰੰਤੂ ਇਹ ਗੁਰਸਿੱਖ ਬੱਚੇ ਨੇ ਜੀ ਕਾ ਖਾਲਸਾ ਵਾਹਿਗੁਰੂ ਜਿਹਦੇ ਕੋਲ ਹੋਣ ਵੀ ਇਸ ਟਾਈਮ ਸੰਤ ਗਿਆਨੀ ਜਰਨੈਲ ਸਿੰਘ ਦੀ ਸਪੀਚ ਚੱਲ ਰਹੀ ਹੈ। ਬੱਚਾ ਨੇ ਆਪਣਾ ਪਾਸਪੋਰਟ ਦਾ ਜਿਹੜਾ ਕੰਮ ਆ ਚਲਾਇਆ ਹੈਗਾ ਗੁਰਸਿੱਖ ਬੱਚੇ ਆ ਸੋ ਇਹਨਾਂ ਕੋਲ ਆਣ ਕੇ ਰਜਿਸਟਰ ਜ਼ਰੂਰ ਕਰੋ ਨਾਲ ਪੀਜ਼ਾ ਤੇ ਬਰਗਰ ਤੇ ਸਾਰਾ ਸੈਟ ਆਪਣੇ ਅੰਮ੍ਰਿਤਸਰ ਭਈਆਂ ਦੀ ਰੇਹੜੀ ਦਾ ਬਾਈਕਾਟ ਕਰਕੇ ਤੇ ਗੁਰਸਿੱਖ ਨੂੰ ਤਰੀਹ ਦਿੱਤੀ ਸੀ ਕਿ ਇਹ ਵੀ ਇਕੱਲਾ ਖਾਲੀ ਖੜਾ ਇੱਥੇ ਹੈਗੀ ਆ ਤੇ ਸਾਰਾ ਕੁਝ ਆਪ ਹੀ ਘਰੇ ਹੀ ਤਿਆਰ ਕਰਦੇ ਆ ਤੇ ਗੁਰਸਿੱਖ ਬੱਚੇ ਆ ਸੋ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਜ਼ਰੂਰ ਜਿਹੜੀ ਆ ਸਪੋਰਟ ਕਰਨੀ ਚਾਹੀਦੀ ਆ ਤਾਂ ਜੋ ਬੱਚੇ ਆਪਣੇ ਕਾਰੋਬਾਰ ਦੇ ਵਿੱਚ ਕਾਮਯਾਬ ਹੋ ਸਕਣ। ਮਹਿਤਪੁਰ ਚੀਮਾ ਹਸਪਤਾਲ ਦੇ ਲਾਗੇ ਦਾਣਾ ਮੰਡੀ ਦੇ ਬਿਲਕੁਲ ਨੇੜੇ ਟ੍ਰੀਟਮੈਂਟ ਸਰਕਾਰੀ ਹਸਪਤਾਲ ਜਿਹੜੀ ਖੜਕ ਜਾਂਦੀ ਆ ਉਹਦੇ 'ਤੇ ਇਹ ਦੁਕਾਨ ਜਿਹੜੀ ਆ ਲੱਗੀ ਹੋਈ ਆ ਲੋਕੇਸ਼ਨ ਆ ਇਸਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਸਾਡੇ ਪੰਜਾਬੀਆਂ 'ਚ ਵੀ ਫਾਸਟ ਫੂਡ ਦੀ ਕਵੈਦ ਚੱਲੀ ਹੈ, ਪਰ ਫਾਸਟ ਫੂਡ ਖਾਣ ਵਾਸਤੇ ਅਸੀਂ ਜਾਂ ਵੱਡੇ ਵੱਡੇ ਜਾਂਦੇ ਹਾਂ ਪੀਜ਼ਾ ਹੱਟਾਂ 'ਤੇ ਜਾਂ ਪੁਰਬਿਆਂ ਦੀਆਂ ਦੁਕਾਨਾਂ ਦੇ ਉੱਤੇ ਭਈਆਂ ਨੂੰ ਤਰੀਹ ਦਿੰਦੇ ਹਾਂ। ਪਰੰਤੂ ਇਹ ਗੁਰਸਿੱਖ ਬੱਚੇ ਨੇ ਜਿਹਦੇ ਕੋਲ ਹੁਣ ਵੀ ਇਸ ਟਾਈਮ ਸੰਤ ਗਿਆਨੀ ਜਰਨੈਲ ਸਿੰਘ ਦੀ ਸਪੀਚ ਚੱਲ ਰਹੀ ਹੈ ਅਤੇ ਇਹਨਾਂ ਨੇ ਦਮਨਦੀਪ ਫਾਸਟ ਫੂਡ ਨਾਂ ਦਾ ਪੀਜ਼ਾ ਹੱਟ ਆਪਦੀ ਇੱਕ ਕਾਰ ਦੇ ਉੱਤੇ ਖੋਲ੍ਹਿਆ ਹੋਇਆ। ਇਹ ਲੋਕੇਸ਼ਨ ਇਹਨਾਂ ਦੀ ਹੈਗੀ ਆ ਜਗਰਾਵਾਂ ਰੋਡ, ਜਗਰਾਵਾਂ ਟੂ ਨਕੋਦਰ ਰੋਡ, ਮਹਿਤਪੁਰ ਦੇ ਦਾਣਾ ਮੰਡੀ ਦੇ ਸਾਹਮਣੇ ਹੈਗਾ। ਸੋ ਇਹ ਜਿੱਥੇ ਤੁਸੀਂ ਖਾਣ ਪੀਣ ਦੇ ਸ਼ੌਕੀਨ ਆ, ਜਿੱਥੇ ਤੁਸੀਂ ਅਗਲੇ ਆਨੰਦ ਆਪਣੇ ਅੰਮ੍ਰਿਤਸਰ ਭਈਆਂ ਦੀ ਰੇਹੜੀ ਦਾ ਬਾਈਕਾਟ ਕਰਕੇ ਤੇ ਗੁਰਸਿੱਖ ਨੂੰ ਤਰੀਹ ਦਿੱਤੀ ਸੀ ਕਿ ਇਹ ਵੀ ਇਕੱਲਾ ਖਾਲੀ ਖੜਾ ਇੱਥੇ, ਇਹਦੇ ਕੋਲ ਵੀ ਆ ਜਾ ਕਰੋ ਕਿਤੇ ਕਿਤੇ, ਤੇ ਗੁਰੂ ਕੇ ਸਿੱਖ ਦੇ ਜੇ ਆਪਾਂ ਕੋਲ ਆਵਾਂਗੇ ਤੇ ਇਹ ਜੇ ਮਾਇਆ ਇਹ ਆਪਦੇ ਪੜ੍ਹਾਈ ਲਈ ਖਰਚ ਕਰੇਗਾ ਜਾਂ ਜੇ ਕੋਈ ਪ੍ਰੋਫਿਟ ਬਚੇਗਾ ਤੇ ਗੁਰੂ ਘਰ ਵੱਲ ਨੂੰ ਵੀ ਦਸਵੰਧ ਕੱਢੇਗਾ। ਤੁਸੀਂ ਜੇ ਪੁਰਬੀਆਂ ਨੂੰ ਦੇਵਾਂਗੇ ਉਹ ਤਾਂ ਫਿਰ ਕਿੱਧਰ ਨੂੰ ਜਾਣਾ ਉਸ ਨੂੰ ਤੁਸੀਂ ਸਾਰੇ ਸਮਝਦੇ ਹੋ। ਸੋ ਇਹ ਜਿਹੜੀ ਲੋਕੇਸ਼ਨ ਹੈਗੀ ਆ ਮਹਿਤਪੁਰ ਸ਼ਹਿਰ ਦੀ ਹੈਗੀ ਆ, ਦਾਣਾ ਮੰਡੀ ਦੇ ਸਾਹਮਣੇ ਆ ਤੇ ਜਗਰਾਵਾਂ ਨਕੋਦਰ ਰੋਡ 'ਤੇ ਹੈਗੀ ਆ। ਸੋ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਭਾਈ ਅਸੀਂ ਇਹੋ ਜਿਹਾ ਕੰਮ ਵੀ ਕਰੀਏ, ਸ਼ਾਬਾਸ਼ ਇਸ ਨੌਜਵਾਨ ਦੇ ਜਿਹਨੇ ਚੱਕਾ ਟੌਜ ਨੂੰ ਛੱਡ ਕੇ ਇਹ ਫਾਸਟ ਫੂਡ ਨੂੰ ਆਪਣੇ ਹੱਥਾਂ ਦੀ ਕਿਰਤ ਨੂੰ ਅਪਣਾਇਆ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।